ਅੱਜ ਦੇ ਜਿਹੜੇ ਅਸੀਂ ਟੋਟਲ 127 ਪੇਸ਼ੈਂਟਸ ਜਿਹੜੇ ਸਸਪੈਕਟਡ ਕਰੋਨਾ ਪੇਸ਼ੈਂਟਸ ਸੀਗੇ ਉਹਨਾਂ ਦੇ ਸੈਂਪਲ ਲਏ ਹੁਣ ਤੱਕ ਜਿਹੜੇ ਟੋਟਲ 127 ਲਏ ਔਰ ਇਹਨਾਂ ਵਿੱਚੋਂ ਜਿਹੜੀ 72 ਦੀ ਰਿਪੋਰਟ ਹੈ ਉਹ ਨੈਗੇਟਿਵ ਆਈ ਹੈ ਔਰ ਇਹਨਾਂ ਵਿੱਚੋਂ ਜਿਹੜੇ 5 ਜਿਹੜੇ ਹੈ ਉਹ ਕਰੋਨਾ ਪੋਜ਼ਿਟਿਵ ਕਨਫਰਮ ਕੀਤੇ ਹੈ ਔਰ ਜਿਹੜਾ 50 ਪੇਸ਼ੈਂਟਸ ਨੇ ਜਿਹੜੇ ਉਹਨਾਂ ਦੇ ਜਿਹੜੇ ਰਿਜ਼ਲਟਸ ਹੈ ਉਹ ਹਾਲੇ ਆਉਣੇ ਬਾਕੀ ਹੈ ਔਰ ਅੱਜ ਜਿਹੜੇ ਅਸੀਂ ਲੇਟੈਸਟ ਜਿਹੜੇ ਸੈਂਪਲਸ ਲਏ ਹੈ ਉਹ 14 ਬੰਦਿਆਂ ਦੇ ਅੱਜ ਸੈਂਪਲ ਲਏ ਹੈ ਜਿਨ੍ਹਾਂ ਦੀ ਰਿਪੋਰਟ ਹਾਲੇ ਅਸੀਂ ਸੈਂਪਲ ਭੇਜ ਦਿੱਤੇ ਜਾਣਗੇ ਅਤੇ ਉਹਨਾਂ ਦੀ ਰਿਪੋਰਟ ਜਿਹੜੀ ਹੈ ਉਹ ਆ ਜਾਏਗੀ ਟੋਟਲ 50 ਐਸੇ ਸੈਂਪਲ ਹਨ ਜਿਨ੍ਹਾਂ ਦੀ ਰਿਪੋਰਟ ਹਾਲੇ ਆਏਗੀ ਔਰ ਬਾਕੀ ਸਾਡੀ ਜਿਹੜੀ ਇਹ ਅਪੀਲ ਜਿਹੜੀ ਸਾਡੀ ਵਾਰ ਵਾਰ ਜਿਹੜੀ ਅਸੀਂ ਅਪੀਲ ਕਰਦੇ ਹਾਂ ਕਿ ਲੋਕਾਂ ਨੂੰ ਆਪਣੇ ਜਿਹੜੇ ਘਰਾਂ ਦੇ ਵਿੱਚ ਹੀ ਜਿਹੜੀ ਇਕਾਂਤਵਾਸ ਦੇ ਵਿੱਚ ਰਹਿਣਾ ਚਾਹੀਦਾ ਜਿੰਨੇ ਵੀ ਫੋਰਨ ਟਰੈਵਲਰਸ ਆਏ ਹੈ ਉਹਨਾਂ ਦੇ ਘੱਟੋ ਘੱਟ 14 ਦਿਨ ਔਰ ਵੱਧ ਤੋਂ ਵੱਧ 28 ਦਿਨ ਜਿਹੜੀ ਹੈ ਇਕਾਂਤਵਾਸ ਦੇ ਵਿੱਚ ਆਪਣੇ ਰਹਿਣ ਤਾਂ ਕਿ ਜਿਹੜਾ ਇਹ ਕਰੋਨਾ ਵਾਇਰਸ ਜਿਹੜਾ ਹੈਗਾ ਇਹ ਜਿਹੜੀ ਇਹਦੀ ਸਪਰੈਡ ਹੈ ਲੋਕਲ ਟਰਾਂਸਮਿਸ਼ਨ ਹੈ ਉਹ ਅਸੀਂ ਬੰਦ ਕੀਤੀ ਜਾਵੇ ਇਹ ਤਾਂ ਹੀ ਬੰਦ ਹੋਏਗੀ ਜੇ ਲੋਕ ਘਰਾਂ ਦੇ ਵਿੱਚ ਰਹਿਣਗੇ।